ਸਾਤਸ਼੍ਰੀਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਦੋਸਤੋ ਭਾਰਤੀ ਰਾਜਨੀਤੀ ਦੇ ਵਿੱਚ ਕੀ ਕੀ ਕੁਝ ਚੱਲਦਾ ਹੈ ਤੇ ਕੀ ਕੁਝ ਨਹੀਂ ਚੱਲਦਾ ਇਹਦੇ ਬਾਬਤ ਹਰ ਕੋਈ ਸਭ ਕੁਝ ਜਾਣਦਾ ਹੈ ਪਰ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਕਿ ਜਦੋਂ ਵੀ ਵੋਟਾਂ ਆਉਂਦੀਆਂ ਜਦੋਂ ਵੀ ਚੋਣਾ ਸਿਰ ਦੇ ਉੱਤੇ ਆਉਂਦੀਆਂ ਉਦੋਂ ਲੀਡਰਾਂ ਦੇ ਰੰਗ ਹੋਰ ਹੁੰਦੇ ਆ ਤੇ ਜਦੋਂ ਇਹਨਾਂ ਨੂੰ ਜਿੱਤ ਮਿਲ ਜਾਂਦੀ ਹੈ ਜਦੋਂ ਇੱਕ ਕੁਰਸੀ ਹਾਸਲ ਕਰ ਲੈਂਦੇ ਆ ਉਦੋਂ ਇਹਨਾਂ ਦੀਆਂ ਨੀਤਾਂ ਤੇ ਨੀਤੀਆਂ ਹੋਰ ਹੋ ਜਾਂਦੀਆਂ ਗੱਲ ਕਿਸੇ ਵੀ ਇੱਕ ਸੂਬੇ ਦੀ ਨਾ ਕਰੀਏ ਸਮੁੱਚੇ ਭਾਰਤ ਦੀ ਕਰਨੀ ਬਣਦੀ ਹੈ ਕੋਈ ਵੀ ਇੱਕ ਸੂਬੇ ਦੀ ਸਰਕਾਰ ਕੋਈ ਵੀ ਇੱਕ ਸੂਬੇ ਦੀ ਪਾਰਟੀ ਇਹ ਗੱਲ ਨਹੀਂ ਕਹਿ ਸਕਦੀ ਕਿ ਅਸੀਂ ਸਿਰਫ ਤੇ ਸਿਰਫ ਲੋਕਾਂ ਦੇ ਬਾਰੇ ਸੋਚਦੇ ਆ ਨਾ ਅਜੇ ਤੱਕ ਕਦੇ ਵੀ ਕੇਂਦਰ ਦੀ ਸਰਕਾਰ ਜਾਂ ਕੋਈ ਵੀ ਮੰਤਰੀ ਇਹ ਨਹੀਂ ਗੱਲ ਕਹਿ ਸਕਿਆ ਕਿ ਅਸੀਂ ਸਿਰਫ ਤੇ ਸਿਰਫ ਲੋਕ ਸੇਵਾ ਕਰਦੇ ਆ ਸੇਵਾ ਦੇ ਨਾਂ ਦੇ ਉੱਤੇ ਮੇਵਾ ਹਾਸਲ ਕਰਨ ਦੇ ਲਈ ਕੀ ਕੀ ਕੁਝ ਕੀਤਾ ਜਾਂਦਾ ਇਹਦੇ ਉੱਤੇ ਹੈਰਾਨੀ ਜ਼ਰੂਰ ਹੁੰਦੀ ਹੈ ਦੁੱਖ ਵੀ ਹੁੰਦਾ ਇਸ ਗੱਲ ਦੇ ਉੱਤੇ ਪਰ ਅਸੀਂ ਕਿਉਂਕਿ ਭਾਰਤੀ ਆ ਸਾਡੇ ਚੇਤੇ ਗਜਨੀ ਫਿਲਮ ਦੇ ਅਮਰ ਖਾਨ ਦੇ ਵਾਂਗੂ ਬਹੁਤ ਕਮਜ਼ੋਰ ਹੋ ਗਏ ਆ ਅੱਜ ਸਾਨੂੰ ਗੱਲ ਚੇਤੇ ਆ ਵੋਟਾਂ ਤੋਂ 2 ਕਮਹੀਨੇ ਪਹਿਲਾਂ ਅਸੀਂ ਮਹੀਨਾ ਪਹਿਲਾਂ ਸਾਰਾ ਕੁਝ ਭੁੱਲ ਜਾਣੇ ਆ ਉਹਨਾਂ ਨੂੰ ਹੀ ਵੋਟਾਂ ਫੇਰ ਪਾਉਣੇ ਆ ਜਿੰਨਾਂ ਤੋਂ ਅਸੀਂ ਸਤੇ ਹੁੰਨੇ ਆ ਹੁਣ ਪਿਛਲੇ ਕਈ ਦਿਨਾਂ ਤੋਂ ਆਪਾਂ ਜਾਣਦੇ ਆ ਕਿ ਬੀਜੇਪੀ ਦੀ ਚਰਚਾ ਪੰਜਾਬ ਦੇ ਵਿੱਚ ਇਸ ਕਰਕੇ ਹੋ ਰਹੀ ਆ ਕਿਉਂਕਿ ਉਹਨਾਂ ਨੇ ਖੇਤਾਂ ਨੂੰ ਤੇ ਖੇਤੀ ਨੂੰ ਤੇ ਕਿਸਾਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਆਪਾਂ ਇਹ ਵੀ ਜਾਣਦੇ ਆ ਕਿ ਪੰਜਾਬ ਦੇ ਵਿੱਚ ਭਾਜਪਾ ਦੇ ਨੇਤਾਵਾਂ ਦਾ ਵੱਖ-ਵੱਖ ਥਾਵਾਂ ਦੇ ਉੱਤੇ ਘਰਾਓ ਹੋ ਰਿਹਾ ਪਰ ਇਹ ਵੀ ਗੱਲ ਸਭ ਨੂੰ ਚੇਤੇ ਆ ਕਿ ਇਸ ਵਕਤ ਭਾਜਪਾ ਜਿਹੜੀ ਉਹ ਸਿਖਰ ਦੇ ਉੱਤੇ ਪਹੁੰਚਣ ਦੇ ਲਈ ਬਿਹਾਰ ਦੀਆਂ ਚੋਣਾਂ ਦੇ ਵਿੱਚ ਜੋ ਕੁਝ ਵੀ ਹੋ ਸਕਦਾ ਉਹ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕਰ ਰਹੀ ਹੈ ਚੋਣ ਮਨੋਰਥ ਪੱਤਰ ਆਪਾਂ ਜਾਣਦੇ ਆ ਕਿ ਵੋਟਾਂ ਤੋਂ ਪਹਿਲਾਂ ਹਰ ਸੂਬੇ ਦੇ ਵਿੱਚ ਜਾਰੀ ਹੁੰਦੇ ਆ ਹੁਣੇ ਵੀ ਚਾਹੀਦੇ ਆ ਉਹਨੂੰ ਹੁਣ ਕਹਿਣ ਲੱਗ ਪਿਆ ਸੰਕਲਪ ਪੱਤਰ ਯਾਨੀ ਕਿ ਅਸੀਂ ਸੌ ਪੱਤਰ ਆ ਪਰ ਸੌ ਦਾ ਇੱਥੇ ਕੀ ਮੁੱਲ ਆ ਸੌ ਦਾ ਮੁੱਲ ਤਾਂ ਉਦੋਂ ਵੀ ਨਹੀਂ ਹੁੰਦਾ ਜਦੋਂ ਇਹ ਗੱਲ ਕਹੀ ਜਾਂਦੀ ਆ ਕਿ ਚਾਰ ਹਫ਼ਤਿਆਂ ਦੇ ਵਿੱਚ ਅਸੀਂ ਨਸ਼ਾ ਖਤਮ ਕਰ ਲਿਆਂਗੇ ਸਾਢੇ 3 ਸਾਲ ਹੋ ਜਾਂਦੇ ਆ ਪਰ ਕਈ ਪੁਲਿਸ ਕਰਮਚਾਰੀ ਕਈ ਹੋਰ ਲੋਕ ਆ ਜਿਹੜੇ ਕਈ ਵੱਡੇ ਵੱਡੇ ਨੇਤਾ ਇਸ ਮਾਮਲੇ 'ਚ ਲਿਬੜੇ ਨਜ਼ਰ ਆਉਂਦੇ ਆ ਬੜੀ ਹੈਰਾਨੀ ਆ ਇਸ ਗੱਲ ਦੀ ਕਿ ਭਾਜਪਾ ਦੇ ਵੱਲੋਂ ਇੱਕ ਨਵੀਂ ਹਰਕਤ ਕੀਤੀ ਗਈ ਆ ਰਹਿ ਰਹਿ ਕੇ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਜਿਹੜੇ ਤਾਂ ਇਸ ਵਕਤ ਬੇਹੱਦ ਭਗਤੀ ਦੇ ਵਿੱਚ ਡੁੱਬੇ ਹੋਏ ਆ ਕਿਸੇ ਇੱਕ ਰਾ ਦੇ ਵੀ ਤੋਂ ਖ ਪਾਰਟੀ ਦੇ ਰੰਗ ਦੇ ਵਿੱਚ ਰੰਗੇ ਹੋਏ ਆ ਉਹਨਾਂ ਨੂੰ ਬੇਸ਼ੱਕ ਇਹ ਗੱਲ ਲੱਗੇ ਜੀ ਕਿ ਫੇਰ ਕੀ ਹੋ ਗਿਆ ਜੀ ਆਹ ਕੁਝ ਕਹਿਤਾ ਤਾਂ ਇਸ ਸੰਕਲਪ ਪੱਤਰ ਦੇ ਵਿੱਚ ਪਾਤਾ ਤਾਂ ਪਰ ਜੇਕਰ ਤੁਸੀਂ ਨਿਰਪੱਖ ਤੌਰ ਦੇ ਉੱਤੇ ਦੇਖੋ ਤਾਂ ਦੁਨੀਆ ਦੀ ਕਿਸੇ ਵੀ ਪਾਰਟੀ ਦੇ ਵੱਲੋਂ ਦੁਨੀਆ ਦੀ ਕਿਸੇ ਵੀ ਸਰਕਾਰ ਦੇ ਵੱਲੋਂ ਕਿਸੇ ਵੀ ਰਾਜਨੀਤਿਕ ਧਿਰ ਦੇ ਵੱਲੋਂ ਕੋਰੋਨਾ ਨੂੰ ਇਸ ਪੱਧਰ ਦੇ ਉੱਤੇ ਵੇਚਿਆ ਨਹੀਂ ਗਿਆ ਹੋਣਾ ਵੇਚਿਆ ਸ਼ਬਦ ਮੈਂ ਤਾਂ ਕਰਕੇ ਵਰਤ ਰਿਹਾ ਕਿਉਂਕਿ ਅੱਜ ਜਿਹੜਾ ਭਾਜਪਾ ਦੇ ਵੱਲੋਂ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਗਿਆ ਬਿਹਾਰ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦੇ ਵੱਲੋਂ ਇਹ ਜਿਹੜਾ ਸੰਕਲਪ ਪੱਤਰ ਜਾਰੀ ਕੀਤਾ ਗਿਆ ਇਹਦੇ ਵਿੱਚ ਮੋٹے ਅੱਖਰਾਂ ਦੇ ਵਿੱਚ ਇੱਕ ਗੱਲ ਲਿਖੀ ਹੈ ਸ਼ਾਇਦ ਤੁਹਾਨੂੰ ਵੀ ਹੈਰਾਨੀ ਹੋਵੇ ਇਹ ਗੱਲ ਜਾਣ ਕੇ ਉਹਨਾਂ ਨੇ ਕਿਹਾ ਜੀ ਕਿ ਸਾਡੀ ਪਾਰਟੀ ਨੂੰ ਆਉਣ ਦਾ ਮੌਕਾ ਦਿਓ ਸੱਤਾ ਦੇ ਵਿੱਚ ਸਾਡੀ ਪਾਰਟੀ ਨੂੰ ਯਾਨੀ ਕਿ ਐਨਡੀਆ ਨੂੰ ਆਉਣ ਦਾ ਮੌਕਾ ਦਿਓ ਕਿਉਂਕਿ ਉੱਥੇ ਆਪਾਂ ਜਾਣਦੇ ਹਾਂ ਕਿ ਨਿਤਿਸ਼ ਕੁਮਾਰ ਦੇ ਨਾਲ ਸਾਂਝ ਪਿਆਲੀ ਹੈਗੀ ਆ ਉਹ ਕਹਿੰਦੇ ਜੇਕਰ ਸਾਡੀ ਪਾਰਟੀ ਦੀ ਸਰਕਾਰ ਆ ਗਈ ਤਾਂ ਉਸ ਤੋਂ ਬਾਅਦ ਅਸੀਂ ਬਿਹਾਰ ਦੇ ਵਿੱਚ ਕੱਲੇ-ਕੱਲੇ ਨਾਗਰਿਕ ਦਾ ਮੁਫਤ ਟੀਕਾ ਕਰਨ ਕਰਾਂਗੇ ਕਰੋਨਾ ਦੇ ਮਾਮਲੇ ਦੇ ਵਿੱਚ ਯਾਨੀ ਕਿ ਕਰੋਨਾ ਦਾ ਵੀ ਰਾਜਨੀਤਿਕਕਰਨ ਹੋ ਚੁੱਕਿਆ ਯਾਨੀ ਕਿ ਕਰੋਨਾ ਦਾ ਟੀਕਾ ਵੀ ਮੁਫਤ ਦੇ ਵਿੱਚ ਲੱਗੂਗਾ ਜੇਕਰ ਬਿਹਾਰ ਦੇ ਵਿੱਚ ਬੀਜੇਪੀ ਦੀ ਤੇ ਨਤੀਸ਼ ਕੁਮਾਰ ਦੀ ਸਰਕਾਰ ਆ ਜਾਂਦੀ ਸਾਂਝੇ ਤੌਰ ਦੇ ਉੱਤੇ ਤੇ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਇਹਦਾ ਮਤਲਬ ਇਹ ਆ ਵੀ ਉੱਥੇ ਮੁਫਤ ਦੇ ਵਿੱਚ ਨਹੀਂ ਲੱਗਣਾ ਇਹ ਸਾਡੇ ਦੇਸ਼ ਦੀਆਂ ਸਰਕਾਰਾਂ ਦੀ ਇਹ ਸਾਡੀ ਕੇਂਦਰ ਦੀ ਇਹ ਵਿੱਤ ਮੰਤਰੀ ਦੀ ਸਿਹਰੜਤਾ ਦੇਸ਼ ਦੇ ਲੋਕਾਂ ਦੇ ਪ੍ਰਤੀ ਕਿ ਜੀ ਸਾਨੂੰ ਵੋਟਾਂ ਪਾਓ ਤੇ ਅਸੀਂ ਫਿਰ ਟੀਕਾ ਮੁਫਤ ਦੇ ਵਿੱਚ ਲਵਾ ਦੇਾਂਗੇ ਲੋਕ ਮਰ ਰਹੇ ਆ ਲੋਕਾਂ ਦੇ ਕਾਰੋਬਾਰ ਤਬਾਹ ਹੋ ਗਏ ਆ ਦੇਸ਼ ਕਿੱਥੋਂ ਕਿੱਥੇ ਪਹੁੰਚ ਗਿਆ ਜੀ ਡੀ ਪੀ ਮਾਈਨਸ ਦੇ ਵਿੱਚ ਹੋ ਗਈ ਆ ਤੇ ਇਸ ਵਕਤ ਇਹ ਗੱਲ ਕਹੀ ਜਾ ਰਹੀ ਆ ਕਿ ਟੀਕੇ ਦੇ ਉੱਤੇ ਰਾਜਨੀਤੀ ਆਪਾਂ ਕਰਨੀ ਆ ਦੁਨੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਇਹ ਕੁਝ ਹੋਇਆ ਤਾਂ ਮੇਰੇ ਤਾਂ ਚੇਤੇ ਦੇ ਵਿੱਚ ਨਹੀਂ ਸ਼ਾਇਦ ਜ਼ਿਕਰ ਤੁਹਾਡੇ ਚੇਤੇ ਦੇ ਵਿੱਚ ਹੋਵੇ ਤਾਂ ਬੇਸ਼ੱਕ ਟਿੱਪਣੀ ਕਰ ਦਿਓ ਥੱਲੇ ਕਮੈਂਟ ਦੇ ਰੂਪ ਦੇ ਵਿੱਚ ਜਾਣਕਾਰੀ ਸਾਂਝੀ ਕਰ ਲਿਓ ਪਰ ਹੈਰਾਨੀ ਇਸ ਗੱਲ ਦੇ ਉੱਤੇ ਜ਼ਰੂਰ ਹੋਈ ਆ ਜਿਹੜਾ ਇਹ ਸੰਕਲਪ ਪੱਤਰ ਹੈ ਇਹ ਅੱਜ 12 ਸਫਿਆਂ ਦਾ ਜਾਰੀ ਕੀਤਾ ਗਿਆ ਮੇਰੇ ਕੋਲ ਇਹਦੇ ਮੋٹے ਮੋٹے ਅੰਸ਼ ਹੈਗੇ ਆ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਬੀਜੇਪੀ ਦੇ ਵੱਲੋਂ ਕਿ 19 ਲੱਖ ਅਸੀਂ ਰੋਜ਼ਗਾਰ ਦੇਵਾਂਗੇ ਇਹ ਵੀ ਇੱਕ ਜੁਮਲਾ ਇਹ ਜੁਮਲਾ ਬਿਲਕੁਲ ਉਵੇਂ ਆ ਜਿਵੇਂ ਕਹਿੰਦੇ ਹੁੰਦੇ ਸੀ ਵੀ 15-15 ਲੱਖ ਰੁਪਈਆ ਤੁਹਾਡੇ ਖਾਤਿਆਂ ਦੇ ਵਿੱਚ ਆਜੂਗੀ ਬਾਅਦ ਵਿੱਚ ਅਮਿਤ ਸ਼ਾਹ ਜੀ ਇਹ ਗੱਲ ਕਹਿੰਦੇ ਸੀ ਵੀ ਇਹ ਤਾਂ ਇੱਕ ਜੁਮਲਾ ਸੀ ਤੇ ਹੁਣ ਵੀ ਇਹ ਜੁਮਲਾ ਹੀ ਆ 19 ਲੱਖ ਨੌਕਰੀਆਂ ਦੀ ਸੰਭਾਵਨਾ ਦਿਖਾਈ ਆ ਪਰ ਸਿੱਧੇ ਤੌਰ ਦੇ ਉੱਤੇ ਨੌਕਰੀਆਂ 4 ਲੱਖ ਹੈਗੀਆਂ 15 ਲੱਖ ਪਤਾ ਨਹੀਂ ਹਵਾ ਦੇ ਵਿੱਚ ਹੀ ਆ ਗਈਆਂ ਇਹ ਵੀ ਪਤਾ ਲੱਗਾ ਕਿ ਸਕੂਲਾਂ ਯੂਨੀਵਰਸਟੀਆਂ ਤੇ ਬਾਕੀ ਇੰਸਟੀਚਿਊਟ ਦੇ ਵਿੱਚ 3 ਲੱਖ ਨਵੇਂ ਟੀਚਰ ਅਪੁਆਇੰਟ ਕੀਤੇ ਜਾਣਗੇ ਅਗਲੇ 1 ਸਾਲ ਦੇ ਵਿੱਚ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਸਕੂਲਾਂ ਦੇ ਵਿੱਚ 9 ਲੱਖ 3 ਲੱਖ ਵੈਕੈਂਸੀਆਂ ਹੈਗੀਆਂ 94 ਹਜ਼ਾਰ ਅਹੁਦਿਆਂ ਦੇ ਉੱਤੇ ਭਰਤੀ ਦੀ ਪ੍ਰਕਿਰਿਆ 3 ਸਾਲ ਤੋਂ ਚੱਲ ਰਹੀ ਹੈ ਪਰ ਇਸ ਗੱਲ ਦੇ ਉੱਤੇ ਵੀ ਹੈਰਾਨੀ ਹੁੰਦੀ ਹੈ ਕਿ ਨੌਕਰੀਆਂ ਦੇ ਨਾਂ ਦੇ ਉੱਤੇ ਰਾਜਨੀਤੀ ਜਿਉਂਦਿਆਂ ਦੇ ਨਾਂ ਦੇ ਉੱਤੇ ਰਾਜਨੀਤੀ ਮੋਇਆਂ ਦੇ ਨਾਂ ਦੇ ਉੱਤੇ ਰਾਜਨੀਤੀ ਤੇ ਕਰੋਨਾ ਦੇ ਨਾਂ ਦੇ ਉੱਤੇ ਹੁਣ ਰਾਜਨੀਤੀ ਪਿਛਲੇ ਜਿਹੜੀ ਤੇਜਸਵੀ ਯਾਦਵ ਜਿਹੜੇ ਕਿ ਲਾਲੂ ਪ੍ਰਸਾਰ ਯਾਦਵ ਦੇ ਪੁੱਤਰ ਹੈ ਜਿਹੜੇ ਕਿ ਇਸ ਵਕਤ ਉਹ ਮਹਾਗਠ ਜੋੜਜੀ ਦੇ ਵਿੱਚ ਕਾਂਗਰਸ ਵੀ ਆ ਹੋਰ ਵੀ ਛੋਟੀਆਂ ਵੱਡੀਆਂ ਪਾਰਟੀਆਂ ਉਹ ਵੱਖਰੇ ਤੌਰ ਦੇ ਉੱਤੇ ਚੋਣ ਲੜ ਰਹੀਆਂ ਤੇਜਸਵੀ ਯਾਦਵ ਨੇ ਇਹ ਗੱਲ ਕਹੀ ਸੀ ਕਿ ਜੇਕਰ ਸਾਡੀ ਪਾਰਟੀ ਸੱਤਾ ਦੇ ਵਿੱਚ ਆ ਗਈ ਤਾਂ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ 10 ਲੱਖ ਨੌਕਰੀਆਂ ਦਾ ਅਸੀਂ ਪ੍ਰਬੰਧ ਕਰਾਂਗੇ ਮੈਂ ਘੁੱਗੀ ਕਿ 10 ਲੱਖ ਨੌਕਰੀਆਂ ਫਤੇ ਪਰ ਉਸ ਵਕਤ ਨितीश ਕੁਮਾਰ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਇਹ ਗੱਲ ਕਹੀ ਸੀ ਕਿ ਇਹ ਤਾਂ ਲੋਕਾਂ ਕੋ ਬੁੱਧੂ ਬਣਾਉਣ ਵਾਲੀ ਬਾਤ ਹੈ ਉਹ ਕਹਨੇ ਜੀ ਕਿ ਇਦਾਂ ਹੋ ਨਹੀਂ ਸਕਦਾ ਇਹਨੇ ਪੈਸੇ ਕਿੱਥੋਂ ਆਉਣਗੇ ਉਹ ਕਹਨੇ ਜੀ ਕਿ ਇਹ ਤਾਂ ਸਿਰਫ ਤੇ ਸਿਰਫ ਲੋਕਾਂ ਨੂੰ ਘੋਗੜ ਬਣਾਉਣ ਵਾਲੀ ਗੱਲ ਹੈ ਲੋਕਾਂ ਨੂੰ ਮਗਰ ਲਾਉਣ ਵਾਲੀ ਗੱਲ ਹੈ ਇਹਦੇ ਵਿੱਚ ਸੱਚਾਈ ਨਾਂ ਦੀ ਕੋਈ ਚੀਜ਼ ਨਹੀਂ ਹੈ ਨਤੀਸ਼ ਕੁਮਾਰ ਖੋਰੀ 10 ਲੱਖ ਨੌਕਰੀਆਂ ਦੇ ਵਾਅਦੇ ਨੂੰ ਤਾਂ ਇਹ ਮੰਨਦੇ ਆ ਵੀ ਪੈਸੇ ਕਿੱਥੋਂ ਆਉਣਗੇ ਤੇ ਹੁਣ ਉਹਨਾਂ ਦੀ ਸਹਿਯੋਗੀ ਪਾਰਟੀ ਜਿਹਦੇ ਨਾਲ ਜਫੀ ਦੀ ਸਾਂਝਾ ਉਹਨਾਂ ਦੀ ਇਹਨਾਂ ਚੋਣਾਂ ਦੇ ਵਿੱਚ ਉਹਨੇ ਵਾਅਦਾ ਕਰ ਲਿਆ 19 ਲੱਖ ਨੌਕਰੀਆਂ ਤੇ ਹੁਣ ਕਿੱਥੋਂ ਪੈਸੇ ਆਉਣਗੇ ਸਵਾਲ ਇਹ ਵੀ ਪੈਦਾ ਹੁੰਦਾ ਸੋ ਇਹ ਸਾਡੇ ਦੇਸ਼ ਦੀ ਰਾਜਨੀਤੀ ਦਾ ਉਹ ਰੂਪ ਹੈ ਜਿਹਦੇ ਬਾਬਤ ਆਪਾਂ ਜੋ ਦਿਕਗੇ ਉਹ ਥੋੜਾ ਮੈਨੂੰ ਇਸ ਗੱਲ ਦੇ ਉੱਤੇ ਵੀ ਹੈਰਾਨੀ ਹੁੰਦੀ ਆ ਕਿ ਪੰਜਾਬ ਦੇ ਵਿੱਚ ਇਸ ਵਕਤ ਸਿਖਰ ਦੇ ਉੱਤੇ ਕਿਸਾਨ ਅੰਦੋਲਨ ਆ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਮਤਾ ਵੀ ਜਿਹੜਾ ਉਹ ਬਿੱਲ ਆ ਜਿਹੜਾ ਉਹ ਪਾਸ ਕੀਤਾ ਗਿਆ ਪਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਮੈਸੂਰ ਦੀ ਇੱਕ ਯੂਨੀਵਰਸਿਟੀ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹਿੰਦੇ ਆ ਕਿ ਪਿਛਲੇ 6 ਸਵਾ 6 ਸਾਲਾਂ ਦੇ ਵਿੱਚ ਭਾਰਤ ਨੇ ਸੁਧਾਰਾਂ ਦੇ ਮਾਮਲੇ ਦੇ ਵਿੱਚ ਬੇਹਦ ਵਿਕਾਸ ਕੀਤਾ ਤੇ ਅਸੀਂ ਖੇਤੀ ਕਾਨੂੰਨਾਂ ਨੂੰ ਲਿਆ ਕੇ ਤੇ ਖੇਤੀ ਖੇਤਰ ਦੇ ਵਿੱਚ ਵੀ ਬੜਾ ਕਮਾਲ ਦਾ ਸੁਧਾਰ ਕੀਤਾ ਲੋਕ ਮਰ ਰਹੇ ਆ ਲੋਕਾਂ ਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਕਿਵੇਂ ਆਪਣੇ ਖੇਤ ਬਚਾਵਾਂਗੇ ਤੇ ਉਹ ਇਹ ਗੱਲ ਕਹਿ ਰਹੇ ਜੀ ਕਿ ਅਸੀਂ ਸੁਧਾਰ ਕਮਾਲ ਦੇ ਕੀਤੇ ਆ ਅਸਲ ਦੇ ਵਿੱਚ ਤਕੜੇ ਦਾ ਸੱਤੀਵੀਂ ਹੀ 100 ਹੁੰਦਾ ਪਰ ਇਸ ਵਕਤ ਭਾਜਪੀ ਨੂੰ ਤੇ ਜਿਹੜੀਆਂ ਵੀ ਹੋਰ ਰਾਜਨੀਤਿਕ ਪਾਰਟੀਆਂ ਲੋਕਾਂ ਨੂੰ ਟਿੱਚ ਜਾਂਦੀਆਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਔਰੰਗਜ਼ੇਬ ਵੀ ਨਹੀਂ ਰਿਹਾ ਅਕਬਰ ਵੀ ਨਹੀਂ ਰਿਹਾ ਬਾਬਰ ਵੀ ਨਹੀਂ ਰਿਹਾ ਵੱਡੇ ਵਗੇ ਜਿਹੜੇ ਮੁਗਲ ਸ਼ਾਸਕ ਆ ਉਹ ਨਹੀਂ ਰਹੇ ਤੇ ਰਹਿਣੇ ਆਪਾਂ ਵੀ ਨਹੀਂ ਇਸ ਕਰਕੇ ਲੋਕਪੱਖੀ ਕੋਈ ਨਾ ਕੋਈ ਗੱਲ ਕਰਨੀ ਚਾਹੀਦੀ ਆ ਜਿਹੜੇ ਅੱਜ ਦੇ ਕੁਝ ਕੁ ਹੋਰ ਵਾਦੇ ਆ ਉਹਦੇ ਵਿੱਚ ਬਹੁਤ ਸਾਰੀਆਂ ਮੁੱਖ ਗੱਲਾਂ ਸ਼ਾਮਿਲ ਇਹੋ ਜਿਹੀਆਂ ਕੀਤੀਆਂ ਗਈਆਂ ਜਿਹੜੀਆਂ ਕਿ ਹਕੀਕਤ ਤੋਂ ਸਖਣੀਆਂ ਹੈਗੀਆਂ ਇਹ ਵੀ ਗੱਲ ਕਹੀ ਗਈ ਹੈ ਕਿ ਅਸੀਂ ਪਿੰਡੂ ਤੇ ਸ਼ਹਿਰੀ ਖੇਤਰਾਂ ਦੇ ਵਿੱਚ 30 ਲੱਖ ਲੋਕਾਂ ਨੂੰ 2022 ਤੱਕ ਪੱਕੇ ਮਕਾਨ ਬਣਾ ਕੇ ਦੇਵਾਂਗੇ ਤੇ ਅਗਲੇ 2 ਸਾਲਾਂ ਦੇ ਵਿੱਚ ਮਿੱਠੇ ਪਾਣੀ ਦੇ ਵਿੱਚ ਪੈਦਾ ਹੋਣ ਵਾਲੀਆਂ ਮੱਛੀਆਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕਾਜ ਕਰਾਂਗੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਢੋਨੇ ਦੇ ਕਣਕ ਤੋਂ ਬਾਅਦ ਹੁਣ ਹੋਰ ਫਸਲਾਂ ਨੂੰ ਅਸੀਂ ਐਮਐਸਪੀ ਦੇ ਉੱਤੇ ਨਿਰਧਾਰਤ ਦਰਾਂ ਦੇ ਉੱਤੇ ਖਰੀਦਾਂਗੇ ਸੋ ਇਦਾਂ ਦੀਆਂ ਗੱਲਾਂ ਕੀਤੀਆਂ ਗਈਆਂ ਹੈਰਾਨੀ ਹੁੰਦੀ ਹੈ ਇਸ ਗੱਲ ਦੇ ਉੱਤੇ ਕਿ ਕਹਿਣੀ ਤੇ ਕਰਨੀ ਦੇ ਵਿੱਚ ਸਮਾਨਤਾ ਕਿੰਨੀ ਕਾ ਸਾਡੇ ਰਾਜਨੀਤਿਕ ਲੋਕਾਂ ਦੀ ਇਹਦੇ ਬਾਬਤ ਆਪਾਂ ਜਾਣਦੇ ਹਾਂ ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਜਿਹੜਾ ਪ੍ਰੋਗਰਾਮ ਅਸੀਂ ਸਾਂਝਾ ਕਰ ਰਹੇ ਹਾਂ ਇਸ ਗੱਲ ਕਰਕੇ ਦੁੱਖ ਹੋਇਆ ਕਿ ਬਾਕੀ ਤਾਂ ਚਲੋ ਮੂਹਿਆਂ ਦੇ ਉੱਤੇ ਵੀ ਰਾਜਨੀਤੀ ਹੋਗੀ ਨਿਆਣਿਆਂ ਤੇ ਵੀ ਹੋਗੀ ਬਜ਼ੁਰਗਾਂ ਤੇ ਵੀ ਹੋਗੀ ਜਵਾਨ ਤੇ ਵੀ ਹੋਗੀ ਕਿਸਾਨ ਤੇ ਵੀ ਹੋਗੀ ਪਰ ਹੁਣ ਕਰੋਨਾ ਦੇ ਉੱਤੇ ਵੀ ਹੋਊਗੀ ਕਰੋਨਾ ਦੇ ਟੀਕੇ ਦੇ ਉੱਤੇ ਵੀ ਹੁਣ ਨੀਤੀ ਹੋ ਰਹੀ ਹੈ ਸੋ ਜੇਕਰ ਉਹਨਾਂ ਨੇ ਜਿਵੇਂ ਅਸੀਂ ਮੁੱਦੇ ਦੇ ਵਿੱਚ ਗੱਲ ਕਹੀ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਸਾਡੇ ਮੁਫਤੇ ਦੇ ਵਿੱਚ ਟੀਕਾ ਲੱਗੇ ਕਰੋਨਾ ਵੈਕਸੀਨ ਜਦੋਂ ਆ ਗਈ ਸਾਡੇ ਮੁਫਤੇ ਦੇ ਵਿੱਚ ਟੀਕਾ ਕਰਨ ਹੋਵੇ ਤਾਂ ਫਿਰ ਬੀਜੇਪੀ ਨੂੰ ਤੇ ਨਤੀਸ਼ ਕੁਮਾਰ ਦੀ ਸਾਂਝੀ ਜਿਹੜੀ ਪਾਰਟੀ ਆ ਉਹਨੂੰ ਜਿਤਾਉਣਾ ਪੈਣਾ ਤੇ ਨਹੀਂ ਤਾਂ ਔਖਾ ਕੰਮ ਇਹਦਾ ਮਤਲਬ ਇਹ ਆ ਹੋਰ ਇਹਦਾ ਮਤਲਬ ਕੋਈ ਨਹੀਂ ਹਾਲਾਂਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਕਹਿ ਕੇ ਹਟੇ ਆ ਕਿ ਵੈਕਸੀਨ ਇੰਨੀ ਜਲਦੀ ਆਉਗੀ ਨਹੀਂ ਤੇ ਲੋਕਾਂ ਨੂੰ ਇਸ ਵਕਤ ਸੰਜਮ ਨਾਲ ਚੱਲਣਾ ਚਾਹੀਦਾ 12 ਮਿੰਟ ਦੇ ਉਸ ਭਾਸ਼ਣ ਦੇ ਵਿੱਚ ਕਿੰਨੀ ਕੁ ਕਮਾਲ ਸੀ ਇਹਦਾ ਉੱਥੋਂ ਪਤਾ ਲੱਗ ਗਿਆ ਸੀ ਕਿ ਡਿਸਲਾਈਕ ਵਧ ਗਏ ਤੇ ਲਾਈਕ ਉਦੋਂ ਘਟ ਗਏ ਸੀਗੇ ਜਿਹਦੇ ਕਰਕੇ ਭਾਜਪੀ ਦੇ ਵੱਲੋਂ ਡਿਸਲਾਈਕ ਵਾਲਾ ਬਟਮੀ ਚੱਕ ਦਿੱਤਾ ਗਿਆ ਸੋ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਲੋਕਾਂ ਨੇ ਸੋਚਣਾ ਕਿ ਨੂੰ ਜਿਤਾਉਣਾ ਤੇ ਕਿ ਨੂੰ ਹਰਾਉਣਾ ਪਰ ਕਰੋਨਾ ਦੇ ਨਾਂ ਦੇ ਉੱਤੇ ਰਾਜਨੀਤੀ ਦੀ ਬਾਤ ਸੁਣ ਕੇ ਸ਼ਾਇਦ ਦੁਨੀਆ ਦੇ ਬਾਕੀ ਨੇਤਾ ਵੀ ਹੱਸਣ ਤੇ ਸੋਚਣ ਕਿ ਭਾਰਤ ਦੇ ਵਿੱਚ ਹੀ ਸਾਰਾ ਕੁਝ ਹੋ ਸਕਦਾ ਸੋ ਬਿਹਾਰ ਤੇ ਦੇਸ਼ ਦੁਨੀਆ ਦੀਆਂ ਬਾਕੀ ਖਬਰਾਂ ਜਿਹੜੀਆਂ ਉਹ ਅਜੀਤ ਵੈਬ ਟੀਵੀ ਦੇ ਉੱਤੇ ਅਸੀਂ ਇਸੇ ਤਰੀਕੇ ਨਾਲ ਪੇਸ਼ ਕਰਦੇ ਰਹਾਂਗੇ ਹੁਣ ਦਿਓ ਆਗਿਆ ਬਹੁਤ ਬਹੁਤ ਮਿਹਰਬਾਨੀ ਬੇਸ਼ੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ ਪਿੰਡ ਕਸਬਾ ਸ਼ਹਿਰ ਹੋਵੇ ਯੱਤੇਸ਼ ਵਿਦੇਸ਼ ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮੰਨ ਦੀ ਆਵਾਜ਼ ਹਰ ਆਮੋਖ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ ਆਪਨੇ ਹੀ ਤੱਕ ਪਹੁੰਚੇਗੀ ਸਾਡੀ ਵੀਡੀਓ ਕਾਲ ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀ ਵੈਬ ਟੀਵੀ ਦੇ ਨਾਲ